ਦੇਖੋ ਜਗ ਦੇ ਰੌਣਕ ਮੇਲੇ ਵੇਖੋ ਜਗ ਦੇ ਰੌਣਕ ਮੇਲੇ ਕੁਝ ਖੇਡਣ ਆਉਂਦੇ ਕੁਝ ਖੇਡ ਕੇ ਜਾਂਦੇ ਕਾਲ ਓਮ ਸ਼ਾਂਤੀ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵੇੜੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਸਭ ਕੁਛ ਅੰਦਰ ਬਾਹਰ ਨਹੀਂ ਅੱਜ ਅਸੀਂ ਜੋ ਕੁਛ ਵੀ ਢੂੰਡ ਰਹੇ ਹਾਂ ਆਪਣੀ ਜ਼ਿੰਦਗੀ 'ਚ ਭਲੇ ਉਹ ਖੁਸ਼ੀ ਹੋਵੇ ਜਾਂ ਫਿਰ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਹੋਰ ਸਾਰੀਆਂ ਚੀਜ਼ਾਂ ਉਹ ਅਸੀਂ ਬਾਹਰ ਢੂੰਡ ਰਹੇ ਹਾਂ ਲੇਕਿਨ ਅੰਦਰੂਨੀ ਖੁਸ਼ੀ ਜੋ ਹੈ ਉਹ ਸਾਨੂੰ ਅੰਦਰੋਂ ਹੀ ਮਿਲਣ ਵਾਲੀ ਹੈ ਜੋ ਅਸਲੀ ਖੁਸ਼ੀ ਹੈ ਉਹ ਸਾਡੇ ਅੰਦਰ ਹੀ ਹੈ ਅੱਜ ਅਸੀਂ ਗੱਲ ਕਰਾਂਗੇ ਇਸੇ ਅੰਦਰੂਨੀ ਖੁਸ਼ੀ ਬਾਰੇ ਔਰ ਸਾਡੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਅਗਨੀਹੋਤਰੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਓਮ ਸ਼ਾਂਤੀ ਜਿੱਦਾਂ ਗੱਲ ਕਰਨ ਵਾਲੇ ਹਾਂ ਅੱਜ ਆਪਾਂ ਅੰਦਰੂਨੀ ਖੁਸ਼ੀ ਦੀ ਔਰ ਅੱਜ ਹਰ ਇਨਸਾਨ ਮਟੀਰੀਅਲਿਸਟਿਕ ਚੀਜ਼ਾਂ 'ਚ ਇੰਨਾ ਉਲਝ ਗਿਆ ਹੈ ਆਪਣੀ ਸਾਧਨਾ 'ਚ ਇੰਨਾ ਉਲਝ ਗਿਆ ਹੈ ਕਿ ਆਪਣੀ ਅਸਲੀ ਪਹਿਚਾਣ ਨੂੰ ਭੁੱਲ ਗਿਆ ਹੈ ਔਰ ਆਪਾਂ ਆਪਣੇ ਹਰ ਐਪੀਸੋਡ 'ਚ ਇਹ ਕੋਸ਼ਿਸ਼ ਕਰੀਦੀ ਹੈ ਆਪਣੀ ਅਸਲੀ ਪਹਿਚਾਣ ਦੱਸਣ ਦੀ ਕਿ ਅਸੀਂ ਅਸਲੀ 'ਚ ਇੱਕ ਆਤਮਾ ਹਾਂ ਜੇ ਆਪਾਂ ਗੁਣਾਂ ਦੀ ਗੱਲ ਕਰੀਏ ਕਿ ਆਤਮਾ ਦੇ ਜੋ ਗੁਣ ਹੋਣੇ ਚਾਹੀਦੇ ਹੈ ਉਹਨਾਂ ਤੋਂ ਹੀ ਸ਼ੁਰੂਆਤ ਕਰਦੇ ਹਾਂ ਆਤਮਾ ਦੇ ਜਿਵੇਂ ਜਦੋਂ ਬੱਚਾ ਛੋਟਾ ਹੁੰਦਾ ਤੇ ਉਹਨੂੰ ਕਹਿੰਦੇ ਨੇ ਸਤੋ ਪ੍ਰਧਾਨ ਸਤੋ ਪ੍ਰਧਾਨ ਦਾ ਮਤਲਬ ਇਹ ਹੈ ਕਿ ਉਹਦੇ ਅੰਦਰ ਸੱਤ ਦੇ ਸੱਤ ਗੁਣ ਉਹਦੇ ਅੰਦਰ ਵਿਦਿਆਮਾਨ ਨੇ ਉਹਦੇ ਅੰਦਰ ਨੇ ਉਹ ਸੱਤ ਗੁਣ ਨੇ ਗਿਆਨ ਪਵਿੱਤਰਤਾ ਸ਼ਾਂਤੀ ਪ੍ਰੇਮ ਸੁੱਖ ਆਨੰਦ ਤੇ ਸ਼ਕਤੀ ਇਹ ਸੱਤ ਗੁਣਾਂ ਦੇ ਨਾਲ ਭਰਪੂਰ ਹੈ ਲੇਕਿਨ ਅੱਜ ਦਾ ਇਨਸਾਨ ਇਹਨਾਂ ਸੱਤਾਂ ਚੀਜ਼ਾਂ ਤੋਂ ਹੀ ਦੂਰ ਹੈ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਅੰਦਰ ਇਹ ਗੁਣ ਹੈ ਔਰ ਉਹ ਪਰ ਇਹਨਾਂ ਗੁਣਾਂ ਦੀ ਭਾਲ ਦੇ ਵਿੱਚ ਫਿਰ ਰਿਹਾ ਲੱਭਦਾ ਫਿਰ ਰਿਹਾ ਕਿੱਥੇ ਮਿਲਣਗੇ ਜੇ ਗਿਆਨ ਨੂੰ ਲੱਭਣ ਜਾਂਦਾ ਤਾਂ ਉਹ ਗਿਆਨ ਨੂੰ ਕਿੱਥੋਂ ਲੱਭਦਾ ਗਿਆਨ ਨੂੰ ਸ਼ਾਸਤਰਾਂ ਦੇ ਵਿੱਚ ਲੱਭ ਰਿਹਾ ਕਿਤਾਬਾਂ ਦੇ ਵਿੱਚ ਲੱਭ ਰਿਹਾ ਕਿਤਾਬਾਂ ਦੇ ਵਿੱਚ ਸਕੂਲਾਂ ਦੀ ਕਾਲਜਾਂ ਦੀ ਪੜ੍ਹਾਈ ਮਿਲ ਜਾਏਗੀ ਤੁਹਾਨੂੰ ਲੇਕਿਨ ਉਹ ਗਿਆਨ ਉਹ ਸੱਚਾ ਗਿਆਨ ਜਿਹਨੂੰ ਸੱਚਾ ਗਿਆਨ ਕਹਿੰਦੇ ਆ ਉਹ ਤੇ ਕਿਧਰੇ ਨਹੀਂ ਲੱਭਦਾ ਜਾਂ ਫਿਰ ਗੁਰੂਆਂ ਦੇ ਮਗਰ ਫਿਰਦੇ ਨੇ ਗੁਰੂ ਅੱਗੇ ਆਪਣੇ ਗੁਰੂਆਂ ਦੇ ਮਗਰ ਫਿਰਦੇ ਨੇ ਉਹ ਅੱਗੇ ਉਹ ਪਰਮਾਤਮਾ ਦੇ ਮਗਰ ਫਿਰਦੇ ਨੇ ਫਿਰ ਪਰਮਾਤਮਾ ਨੂੰ ਲੱਭ ਨਹੀਂ ਪਾਉਂਦੇ ਤੋ ਗਿਆਨ ਤਾਂ ਕਿਸੇ ਨੂੰ ਅਸਲੀ ਸੱਚਾ ਗਿਆਨ ਜੋ ਪਰਮ ਜੋ ਗਿਆਨ ਦਾ ਸਾਗਰ ਉਹ ਪਰਮ ਪਿਤਾ ਪਰਮਾਤਮਾ ਜੋ ਦੇ ਰਿਹਾ ਉਹ ਤਾਂ ਕਿਸੇ ਨੂੰ ਲੱਭ ਨਹੀਂ ਰਿਹਾ ਤੋ ਅਗਿਆਨ ਫੈਲ ਰਿਹਾ ਸਭ ਜਗ੍ਹਾ ਬਿਲਕੁਲ ਅਸੀਂ ਜ਼ਰੂਰ ਕਹੀ ਜਾਂਦੇ ਹਾਂ ਗਿਆਨ ਸੂਰਜ ਪ੍ਰਗਟਿਆ ਅਗਿਆਨ ਅਧੇਰ ਵਿਨਾਸ਼ ਲੇਕਿਨ ਉਹ ਸੂਰਜ ਪ੍ਰਗਟਿਆ ਹੋਇਆ ਉਹਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ ਬਿਲਕੁਲ ਉਹ ਪਰਮ ਤਾਂ ਪਰਮਾਤਮਾ ਜਿਹੜਾ ਧਰਤੀ ਤੇ ਆਇਆ ਹੋਇਆ ਉਹਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ ਆਪਾਂ ਲੱਭਣ ਲਈ ਉਹਨਾਂ ਨੂੰ ਕਦੇ ਅਸੀਂ ਬਦਰੀਨਾਥ ਕੇਦਾਰਨਾਥ ਪਤਨੀ ਅਮਰਨਾਥ ਕਿੱਥੇ ਕਿੱਥੇ ਸ਼ਾਸਤਰਾਂ ਚ ਲੱਭ ਰਹੇ ਹਾਂ ਸ਼ਾਸਤਰਾਂ ਚ ਲੱਭ ਰਹੇ ਹਾਂ ਕਿਉਂਕਿ ਹਰ ਜਗ੍ਹਾ ਲਿਖਿਆ ਵੀ ਉਦਾਂ ਹੋਇਆ ਹੈ ਨਾ ਥੋੜਾ ਕਨਫਿਊਜ਼ਨ ਵੀ ਹੈ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਦਿਮਾਗ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਿ ਕਿੱਥੇ ਮਿਲੇਗਾ ਉਹ ਹੈ ਕੌਣ ਇਹੀ ਹੋ ਨਹੀਂ ਪਤਾ ਹਾਂਜੀ ਤੇ ਆਤਮਾ ਜਿਹੜੀ ਹੈ ਉਸ ਦਾ ਦੂਸਰਾ ਜਿਹੜਾ ਗੁਣ ਹੈ ਜਿਵੇਂ ਇਹ ਗਿਆਨ ਅਸੀਂ ਇੱਧਰ ਲੱਭ ਰਹੇ ਹਾਂ ਤੇ ਪਵਿੱਤਰਤਾ ਅਸੀਂ ਕਿੱਥੇ ਲੱਭ ਰਹੇ ਹਾਂ ਅਸੀਂ ਪਵਿੱਤਰਤਾ ਲੱਭ ਰਹੇ ਹਾਂ ਸ਼ੈਂਪੂ ਦੇ ਵਿੱਚ ਫੇਸ ਨੂੰ ਧੋ ਲੈਂਦੇ ਹਾਂ ਫੇਸ ਵਾਸ਼ ਦੇ ਵਿੱਚ ਬਾਈਬਲ ਸਾਬਣ ਦੇ ਵਿੱਚ ਡੱਬ ਸਾਬਣ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਪਵਿੱਤਰਤਾ ਲੱਭ ਰਹੇ ਹਾਂ ਜਾਂ ਅਸੀਂ ਗੰਗਾ ਇਸ਼ਨਾਨ ਦੇ ਵਿੱਚ ਸੋਚਦੇ ਹਾਂ ਵੀ ਗੰਗਾ ਇਸ਼ਨਾਨ ਕਰ ਲਿਆ ਤਾਂ ਸਾਡੀ ਪਿਓਰਿਟੀ ਆ ਗਈ ਆਉਂਦੀ ਹੈ ਗੰਗਾ ਇਸ਼ਨਾਨ ਕਰਦੇ ਹਾਂ ਬਾਹਰ ਆ ਕੇ ਕਿੱਥੇ ਬੈਠ ਜਾਂਦੇ ਹਾਂ ਕੀ ਖਾਂਦੇ ਪੀਂਦੇ ਆ ਸਭ ਕੁਛ ਭੁੱਲ ਜਾਂਦੇ ਹਾਂ ਉਹ ਪਿਓਰਿਟੀ ਤਾਂ ਕਿਤੇ ਲੱਭੀ ਨਹੀਂ ਜਦ ਤੱਕ ਉਹ ਕਿੱਥੋਂ ਮਿਲ ਸਕਦੀ ਹੈ ਜਦ ਤੱਕ ਅਸੀਂ ਉਸ ਪਿਓਰਿਟੀ ਦੇ ਸਾਗਰ ਪਵਿੱਤਰਤਾ ਦੇ ਸਾਗਰ ਦੇ ਨਾਲ ਨਹੀਂ ਮਿਲਦੇ ਉਦੋਂ ਤੱਕ ਪਿਓਰਿਟੀ ਕਿਵੇਂ ਆ ਸਕਦੀ ਹੈ ਤੇ ਅਸੀਂ ਸ਼ਾਂਤੀ ਕਿੱਥੇ ਲੱਭਦੇ ਹਾਂ ਜੰਗਲਾਂ 'ਚ ਲੱਭਦੇ ਹਾਂ ਜਾਂ ਪਾਰਕਾਂ ਦੇ ਵਿੱਚ ਲੱਭਦੇ ਹਾਂ ਉੱਥੇ ਕੀ ਮਿਲ ਰਿਹਾ ਪਾਰਕਾਂ 'ਚ ਤੁਸੀਂ ਦੇਖਦੇ ਹੋ ਅੱਜ ਕੀ ਮਿਲ ਰਿਹਾ ਤੁਹਾਨੂੰ ਜੰਗਲਾਂ ਦੇ ਵਿੱਚ ਤਾਂ ਕਿਤੇ ਸ਼ਾਂਤੀ ਮਿਲ ਨਹੀਂ ਰਹੀ ਉੱਥੇ ਜਾਨਵਰਾਂ ਦਾ ਡਰ ਰਹਿੰਦਾ ਬਿਲਕੁਲ ਹੁਣ ਪੁਰਾਣੇ ਜ਼ਮਾਨੇ ਦੇ ਤੁਸੀਂ ਸਾਧੂ ਸੰਤ ਦੇਖ ਲਓ ਉਹਨਾਂ 'ਚ ਇੰਨੀ ਸ਼ਕਤੀ ਹੁੰਦੀ ਸੀ ਕਿ ਉਹਨਾਂ ਦੇ ਡੇਰੇ ਦੇ ਆਲ ਦੁਆਲੇ ਹੀ ਜਾਨਵਰ ਖੂੰਖਾਰ ਜਾਨਵਰ ਸ਼ੇਰ ਵਰਗੇ ਉਹ ਮਤਲਬ ਪੂਛ ਲਾਉਂਦੇ ਬੈਠੇ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਵਾਤਾਵਰਣ ਐਸਾ ਬਣਾਇਆ ਹੁੰਦਾ ਸੀ ਵਾਯੂਮੰਡਲ ਔਰਾ ਇੰਨਾ ਹੁੰਦਾ ਸੀ ਕਿ ਕੋਈ ਜਾਨਵਰ ਆ ਕੇ ਉੱਤੇ ਵਾਇਲੈਂਟ ਹੋ ਹੀ ਨਹੀਂ ਸਕਦਾ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੁੰਦੀ ਸੀ ਤੇ ਅਸੀਂ ਜੰਗਲਾਂ 'ਚ ਲੱਭਦੇ ਹਾਂ ਉਹ ਅੱਜ ਨਹੀਂ ਲੱਭਦੀ
ਸ਼ਾਂਤੀ ਨਹੀਂ ਮਿਲ ਰਹੀ ਹੈ। ਪ੍ਰੇਮ ਅਸੀਂ ਕਿੱਥੇ ਲੱਭਦੇ ਹਾਂ? ਸੰਬੰਧਾਂ ਦੇ ਵਿੱਚ, ਸੰਬੰਧਾਂ ਦੇ ਵਿੱਚ, ਆਦਮੀਆਂ ਦੇ ਵਿੱਚ, ਲੋਕਾਂ ਦੇ ਵਿੱਚ ਲੱਭ ਰਹੇ ਹਾਂ। ਉਹ ਕਿਧਰੋਂ ਪਿਆਰ ਮਿਲ ਰਿਹਾ, ਬਿਲਕੁਲ ਕੀ ਸੁਣਨ ਨੂੰ ਮਿਲ ਰਿਹਾ? ਧੋਖਾ ਹੀ ਮਿਲਦਾ, ਧੋਖਾ ਹੀ ਮਿਲਦਾ। ਪਿਆਰ ਦੀ ਜਗ੍ਹਾ ਤੇ ਕੀ ਮਿਲਦਾ? ਧੋਖਾ, ਬੇਵਫਾਈ, ਇਹੀ ਚੀਜ਼ਾਂ ਮਿਲ ਰਹੀਆਂ। ਤੇ ਹਰ ਕੋਈ ਐਕਸਪੈਕਟ ਕਰਦਾ ਦੂਜੇ ਕੋਲੋਂ, ਲੇਕਿਨ ਹਰ ਆਦਮੀ ਇੱਕ ਦੂਜੇ ਤੋਂ ਐਕਸਪੈਕਟੇਸ਼ਨ ਦੇ ਉੱਤੇ ਲੱਗਿਆ ਹੈ, ਮੈਨੂੰ ਇਹਦੇ ਕੋਲੋਂ ਕੀ ਮਿਲ ਸਕਦਾ? ਜੇ ਮੈਂ ਇਸਦੇ ਨਾਲ ਦੋਸਤੀ ਪਾਵਾਂ, ਇਹਦੇ ਕੋਲੋਂ ਕੀ ਮਿਲੇਗਾ? ਤੇ ਅਸੀਂ ਉਸੋ ਭਿਖਾਰੀ ਵਾਂਗ ਕੁਛ ਨਾ ਕੁਛ ਲੱਭਣ ਲਈ ਜਾਂ ਜੇਬ ਕਤਰੇ ਵਾਂਗ ਉਹਦੀ ਜੇਬ ਚੋਂ ਆਪਾਂ ਕੀ ਕੱਢ ਸਕਦੇ ਹਾਂ? ਹਾਂਜੀ, ਤੇ ਉਹ ਅਸਲੀਅਤ ਨਹੀਂ ਮਿਲ ਰਿਹਾ ਕਦੇ ਵੀ। ਇਸੇ ਤਰ੍ਹਾਂ ਸੁੱਖ ਹੈ, ਸੁੱਖ ਨੂੰ ਅਸੀਂ ਅੱਜ ਕੱਲ ਬੜੇ ਹੋਰ ਪਾਸੇ ਨੂੰ ਲੈ ਗਏ ਹਾਂ। ਸੁੱਖ ਸਾਧਨਾ ਵੱਲ ਨੂੰ ਚਲੇ ਗਏ ਅਸੀਂ ਕਿ ਸਾਧਨ ਚੰਗੇ ਹੋਣਗੇ ਸੁੱਖ ਮਿਲੇਗਾ। ਬਿਲਕੁਲ, ਕੋਸਟਲੀ ਗੱਡੀ ਖਰੀਦ ਲਈ, ਐਕਸੀਡੈਂਟ ਹੋਇਆ, ਸੁੱਖ ਮਿਲਿਆ, ਲੱਤਾਂ ਤੁੜਵਾ ਲਈਆਂ ਜਾਂ ਹੋਰ ਫੈਟਲ ਹੋ ਗਿਆ। ਤੇ ਇਸੇ ਤਰ੍ਹਾਂ ਸੁੱਖ ਅਸੀਂ ਇਹ ਲੱਭ ਰਹੇ ਹਾਂ, ਕਿੱਥੇ ਲੱਭ ਰਹੇ ਹਾਂ? ਖਾਣ ਪੀਣ ਚ ਜ਼ਿਆਦਾ ਲੱਭ ਰਹੇ ਹਾਂ, ਕਿੱਧਰ ਨੂੰ ਕਿੱਡੀਆਂ ਮਾੜੀਆਂ ਚੀਜ਼ਾਂ ਖਾਣ ਲੱਗ ਪਏ, ਜਾਨਵਰਾਂ ਨੂੰ ਵੱਢ ਵੱਢ ਖਾਣ ਲੱਗ ਗਏ। ਬਿਲਕੁਲ, ਹਾਂਜੀ, ਤੇ ਉਹ ਉੱਥੇ ਸੁੱਖ ਮਿਲੇਗਾ ਕੋਈ? ਉਹਨਾਂ ਚ ਕੋਈ ਸੁੱਖ ਲੱਭਦਾ? ਅੱਜ ਕੱਲ ਹੋਰ ਜ਼ਿਆਦਾ ਪੀਜ਼ਾ ਵਗੈਰਾ, ਇਹ ਜਿਹੜੇ ਬਰਗਰ, ਫਾਸਟ ਫੂਡ ਆ ਗਿਆ, ਉਹ ਫਾਸਟ ਫੂਡ ਦੇ ਵਿੱਚ ਫਾਸਟ ਲਾਈਫ ਹੋ ਜਾਂਦੀ ਹੈ। ਫਾਸਟ ਲਾਈਫ ਹੈ, ਫਾਸਟ ਫੂਡ ਹੈ, ਤੇ ਸਿਹਤ ਦਾ ਸਤਿਆਨਾਸ਼, ਉਹ ਵੀ ਫਾਸਟ ਹੀ ਉੱਪਰ ਚਲੇ ਜਾਂਦੇ, ਉਹ ਵੀ ਫਾਸਟ ਉੱਪਰ ਚਲੇ ਜਾਂਦੇ। ਸੋ ਇਸ ਕਰਕੇ ਅਸੀਂ ਉੱਥੋਂ ਸੁੱਖ ਲੱਭ ਰਹੇ ਹਾਂ, ਇਹਨਾਂ ਚੀਜ਼ਾਂ 'ਚ ਸੁੱਖ ਨਹੀਂ ਲੱਭਦਾ। ਸੁੱਖ ਤੇ ਸਾਡੇ ਅੰਦਰ ਹੈ, ਸਭ ਕੁਛ ਸਾਡੇ ਅੰਦਰ ਹੈ। ਇਸੇ ਤਰ੍ਹਾਂ ਹੀ ਆਨੰਦ, ਆਨੰਦ ਅਸੀਂ ਕਿੱਥੋਂ ਲੱਭ ਰਹੇ ਹਾਂ? ਉਹ ਵੀ ਬਾਹਰ ਹੀ ਲੱਭ ਰਹੇ ਹਾਂ, ਐਂਟਰਟੇਨਮੈਂਟ, ਐਂਟਰਟੇਨਮੈਂਟ 'ਚ ਲੱਭ ਰਹੇ ਹਾਂ, ਫਿਲਮਾਂ 'ਚ ਦੇਖ ਰਹੇ ਹਾਂ ਅਸੀਂ, ਮੈਗਜ਼ੀਨ, ਭੈੜੇ ਭੈੜੇ ਮੈਗਜ਼ੀਨ ਦੇਖ ਕੇ ਉਹਨਾਂ 'ਚ ਸੁੱਖ ਲੱਭ, ਉਹਨਾਂ 'ਚ ਆਨੰਦ ਲੱਭ ਰਹੇ ਹਾਂ, ਜਾਂ ਅਸੀਂ ਇੰਟਰਨੈਟ 'ਚ ਅੱਜ ਕੱਲ ਬੜਾ ਆਨੰਦ ਲੱਭਣ ਲੱਗ ਪਏ ਹਾਂ, ਤੇ ਉਹਦੇ 'ਚ ਹੈ ਕਿ ਆਨੰਦ ਦੀ ਬਜਾਏ ਗਾਂਧੀ ਹੈ। ਸਾਡੀ ਚੋਇਸ ਹੈ ਵੀ ਅਸੀਂ ਉਹਦੇ ਵਿੱਚੋਂ ਕੀ ਲੈਣਾ। ਅਬ ਇੰਟਰਨੈਟ ਬਣਾਇਆ ਤੇ ਇਨਸਾਨ ਨੇ ਬਹੁਤ ਵਧੀਆ ਕੰਮ ਵਾਸਤੇ ਹੈ, ਤੁਹਾਡੇ ਟਾਈਮ ਨੂੰ ਸੇਵ ਕਰਨ ਵਾਸਤੇ ਹੈ, ਤੁਹਾਡਾ ਬਹੁਤ ਸ਼ਾਰਟਕਟ ਕੰਮ ਕਰਨ ਵਾਸਤੇ ਹੈ, ਉਹਦੇ 'ਚ ਤੁਹਾਨੂੰ ਬਹੁਤ ਅੱਛੀਆਂ ਚੀਜ਼ਾਂ ਮਿਲ ਸਕਦੀਆਂ। ਬਿਲਕੁਲ, ਐਜੂਕੇਸ਼ਨ ਵਾਸਤੇ ਤੁਸੀਂ ਹਰ ਫੀਲਡ ਦੇ ਵਿੱਚ ਹਰ ਟੌਪਿਕ ਦੀ ਚੀਜ਼ ਤੁਹਾਨੂੰ ਮਿਲ ਜਾਏਗੀ। ਬਿਲਕੁਲ, ਲੇਕਿਨ ਗੰਦੀ ਤੋਂ ਗੰਦੀ ਚੀਜ਼ ਵੀ ਤੁਹਾਨੂੰ ਉਹਦੇ 'ਚ ਮਿਲ ਜਾਏਗੀ। ਹਾਂਜੀ, ਹੁਣ ਚੋਇਸ ਹੈ ਤੁਹਾਡਾ। ਚੰਗੇ ਢੰਗ ਦੀਆਂ ਚੰਗੀਆਂ ਗੱਲਾਂ ਸ਼ੇਅਰ ਕਰੋ, ਅੱਛੇ ਚੀਜ਼ਾਂ ਸ਼ੇਅਰ ਕਰੋ, ਸਪਿਰਚੁਅਲ ਚੀਜ਼ਾਂ ਸ਼ੇਅਰ ਕਰੋ, ਤੁਹਾਡੀ ਜ਼ਿੰਦਗੀ ਬਣਾਉਣ ਵਾਲੀਆਂ ਚੀਜ਼ਾਂ ਸ਼ੇਅਰ ਕਰੋ, ਕੋਈ ਹੈਲਥ ਦੇ ਨੁਕਸੇ ਸ਼ੇਅਰ ਕਰੋ ਕਿ ਕਿਸ ਚੀਜ਼ ਦੇ ਨਾਲ ਆਪਾਂ ਨੂੰ ਅਵੋਇਡ ਕਰ ਸਕਦੇ ਬਿਮਾਰੀਆਂ ਨੂੰ, ਕਿਹੜੀ ਚੀਜ਼ ਦੇ ਸਾਡੇ ਲਈ ਬੈਟਰ ਹੈ, ਜਿੰਨੀ ਬਨਸਪਤੀ ਬਣੀ ਹੋਈ ਹੈ ਉਹਦੇ ਵਿੱਚੋਂ ਕਿਹੜੀ ਚੀਜ਼ ਕਿਹੜੀ ਫਾਇਦੇਮੰਦ ਹੈ। ਜਿਵੇਂ ਹੁਣ ਤੁਸੀਂ ਅਦਰਕ ਲੈ ਲਓ, ਇਹਨਾਂ ਜਿਹੀਆਂ ਚੀਜ਼ਾਂ ਲਓ, ਉਹਦੇ ਬੜੇ ਅੱਛੇ ਬੈਨੀਫਿਸ਼ੀਅਲ ਲਿਖੇ ਹੁੰਦੇ ਰਿਜ਼ਲਟ, ਐਸੀਆਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ। ਅਦਰਕ ਦੇ ਬੈਨੀਫਿਟ ਕੀ ਨੇ, ਜਾਂ ਤੁਹਾਨੂੰ ਕਾਲੀ ਮਿਰਚ ਦੇ ਬੈਨੀਫਿਟ ਕੀ ਨੇ, ਖੂਨ ਨੂੰ ਪਤਲਾ ਰੱਖਦੇ ਨੇ, ਜਾਂ ਇਹੋ ਜਿਹੀਆਂ ਹੋਰ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਲਿਖਿਆ ਹੁੰਦਾ। ਗਾਜਰ ਦੇ ਕੀ ਬੈਨੀਫਿਟ ਨੇ, ਉਹ ਤੁਹਾਨੂੰ ਕੀ ਮਿਲਦਾ ਹੈ, ਆਲਮੰਡਸ ਕਾਹਦੇ ਲਈ ਖਾਂਦੇ ਹਾਂ, ਉਹਦਾ ਬੈਨੀਫਿਟ ਕੀ ਹੈ, ਐਂਟੀ ਆਕਸੀਡੈਂਟ ਹੈ, ਉਹਦੇ 'ਚ ਸਾਨੂੰ ਗੁੱਡ ਕੋਲੈਸਟਰੋਲ ਮਿਲਦਾ। ਸੋ ਅਸੀਂ ਅੱਛੀਆਂ ਚੀਜ਼ਾਂ ਲੱਭਣ ਦੇ ਵਸੀ, ਜਦੋਂ ਅਸੀਂ ਕਦੇ ਇੰਟਰਨੈਟ ਖੋਲਦੇ ਹਾਂ, ਅਸੀਂ ਮੈਂ ਇਹ ਕੋਸ਼ਿਸ਼ ਕਰਦਾ ਕਿ ਇਹੋ ਜਿਹੀਆਂ ਚੀਜ਼ਾਂ ਲੱਭ ਕੇ ਆਪਾਂ ਫਾਰਵਰਡ ਕਰੀਏ ਦੂਜਿਆਂ ਨੂੰ, ਕਿ ਇਹ ਫਲਾਣੇ ਨੂੰ ਸ਼ੂਗਰ ਹੈ, ਉਹਨੂੰ ਸ਼ੂਗਰ ਦੇ ਅਸੀਂ ਨੁਕਸੇ ਦੱਸੀਏ, ਨੌਲੇਜ ਮਿਲੇ ਔਰ ਅਵੇਅਰਨੈਸ ਵੀ ਆਏ ਲੋਕਾਂ, ਉਹਨੂੰ ਅਸੀਂ ਅੱਗੇ ਫੈਲਾਈਏ। ਲੇਕਿਨ ਅੱਜ ਫੈਲਾਇਆ ਕੀ ਜਾ ਰਿਹਾ ਇਸ ਇੰਟਰਨੈਟ ਦੇ ਦੁਆਰਾ? ਕੀ ਫੈਲਾਇਆ ਜਾ ਰਿਹਾ? ਗੰਦਗੀ ਫੈਲਾਈ ਜਾ ਰਹੀ ਹੈ। ਸਮਾਜ ਦੇ ਵਿੱਚ ਕਿੰਨਾ ਬੱਚੇ ਛੋਟੇ ਛੋਟੇ ਦੇਖਦੇ ਆ, ਉਹ ਕੀ ਕੀ ਦੇਖ ਰਹੇ ਹੁੰਦੇ ਨੇ, ਬੜੀ ਸ਼ਰਮ ਆਉਂਦੀ ਹੈ। ਜੋ ਚੀਜ਼ਾਂ ਸਾਨੂੰ ਹੁਣ ਜਾ ਕੇ ਪਤਾ ਚੱਲ ਰਹੀਆਂ, ਛੋਟੇ ਛੋਟੇ ਬੱਚਿਆਂ ਨੂੰ ਤਾਂ ਹੁਣੇ ਉਸ ਚੀਜ਼ ਦਾ ਗਿਆਨ, ਛੋਟੇ ਬੱਚਿਆਂ ਨੂੰ ਹੁਣੇ ਪਤਾ ਜੀ, ਸਾਨੂੰ ਤਾਂ ਜਾ ਕੇ ਕਿਤੇ 25 ਸਾਲ ਤੋਂ ਬਾਅਦ ਪਤਾ ਲੱਗੀਆਂ ਉਹ ਗੱਲਾਂ। ਹਾਂਜੀ, ਤੇ ਉਹ ਅੱਜ ਹੀ ਲਈ ਫਿਰਦੇ ਸਾਰੀਆਂ ਚੀਜ਼ਾਂ ਨੂੰ। ਬਿਲਕੁਲ, ਤੇ ਇਸ ਕਰਕੇ ਅਸੀਂ ਆਨੰਦ ਵੀ ਉਹਦਾ ਚੀਜ਼ ਲੱਭਦੇ, ਫਿਲਮਾਂ 'ਚ ਲੱਭ ਰਹੇ ਹਾਂ, ਜਾਂ ਭੈੜੇ ਭੈੜੇ ਸੀਰੀਅਲਸ ਦੇ ਵਿੱਚ, ਜਾਂ ਮਾੜੇ ਸੀਰੀਅਲਸ ਦੇ ਵਿੱਚ, ਇੱਥੋਂ ਅਸੀਂ ਆਨੰਦ ਲੱਭ ਰਹੇ ਹਾਂ। ਤੇ ਸ਼ਕਤੀ ਅਸੀਂ ਕਿੱਥੇ ਲੱਭ ਰਹੇ ਹਾਂ? ਅਸੀਂ ਜਿਮ ਦੇ ਵਿੱਚ ਜਾ ਕੇ ਸ਼ਕਤੀ ਲੱਭਦੇ ਹਾਂ, ਸਾਨੂੰ ਜਿਮ 'ਚ ਮਿਲ ਜਾਏਗੀ। ਜਿਮ ਦੀ ਕੀ ਮਿਲਦਾ? ਮਨ ਕੀ ਸ਼ਕਤੀ ਬਹੁਤ ਮੀਟਾ, ਉਹ ਸ਼ਕਤੀ ਏਦਾਂ ਨਹੀਂ ਮਿਲਦੀ। ਉਹ ਸ਼ਕਤੀ ਤੁਹਾਡੀ ਠੀਕ ਹੈ, ਉਹਦੇ ਨਾਲ ਫਿਜ਼ੀਕਲ ਹੈਲਥ ਤੁਹਾਡੀ ਥੋੜੀ ਬਹੁਤ ਫਰਕ ਪੈਂਦਾ, ਲੇਕਿਨ ਉਹ ਵੀ ਅੱਜ ਕੱਲ੍ਹ ਜਿਮ ਦੇ ਵਿੱਚ ਜਾ ਕੇ ਜਿੱਥੇ ਆਕਸੀਜਨ ਨਹੀਂ ਹੁੰਦੀ, ਆਪਾਂ ਨੂੰ ਐਕਸਰਸਾਈਜ਼ ਵੀ ਕਰਨੀ ਹੈ, ਤਾਂ ਐਰੋਬਿਕਸ ਹੋਣੀ ਚਾਹੀਦੀ ਹੈ, ਹਵਾ ਦੇ ਵਿੱਚ ਐਕਸਰਸਾਈਜ਼, ਓਪਨ ਏਅਰ ਦੇ ਵਿੱਚ ਐਕਸਰਸਾਈਜ਼ ਹੋਣੀ ਚਾਹੀਦੀ ਹੈ। ਪਾਵਰ ਨੂੰ ਵੀ ਇੱਕ ਹੋਰ ਤਰੀਕੇ ਨਾਲ ਵੀ ਲੈਂਦੇ ਹੈ, ਜਿੱਦਾਂ ਜੇ ਪੈਸਾ ਆ ਜਾਂਦਾ ਹੈ, ਰੁਤਬਾ ਆ ਜਾਂਦਾ ਹੈ, ਇੱਕ ਸਟੇਟਸ ਆ ਜਾਂਦਾ ਹੈ, ਤੇ ਅਸੀਂ ਸੋਚਦੇ ਹਾਂ ਕਿ ਹਾਂ ਸਾਡੇ ਕੋਲ ਬਹੁਤ ਪਾਵਰ ਆ ਗਈ ਹੈ ਹੁਣ, ਮਤਲਬ ਅਸੀਂ ਸ਼ਕਤੀਸ਼ਾਲੀ ਹੋ ਗਏ ਹਾਂ, ਬੜਾ ਪਾਵਰਫੁਲ ਬੰਦਾ ਹੈ। ਪਾਵਰ ਵੀ ਬਹੁਤ ਕਿਸਮ ਦੀ ਹੁੰਦੀ ਹੈ ਜੀ, ਕਿਸੇ ਨੂੰ ਕਿਸੇ ਕੋਲ ਤੇ ਫਾਈਨੈਂਸ਼ੀਅਲ ਪਾਵਰ ਹੈ, ਹਾਂਜੀ, ਕਿਸੇ ਕੋਲ ਪੋਲੀਟੀਕਲ ਪਾਵਰ ਹੈ, ਕਿਸੇ ਕੋਲ ਸੋਸ਼ਲ ਪਾਵਰ ਹੈ, ਹਾਂਜੀ, ਤੇ ਬਹੁਤ ਘੱਟ ਹੈ ਜਿਹਨਾਂ ਦੇ ਕੋਲ ਸਪਿਰਚੁਅਲ ਪਾਵਰ ਹੈ। ਬਿਲਕੁਲ, ਸਪਿਰਚੁਅਲ ਜਿਹੜੀ ਇਹਨਾਂ ਪਾਵਰ ਦੇ ਵਿੱਚੋਂ ਸਭ ਤੋਂ ਵਧੀਆ ਪਾਵਰ ਜਿਹੜੀ ਤੁਹਾਡੀ ਸਪਿਰਚੁਅਲ ਪਾਵਰ ਹੈ, ਉਹ ਜਿਹੜਾ ਤੁਹਾਡੇ ਅੰਦਰ ਤੁਹਾਡਾ ਔਰਾ ਪ੍ਰੋਡਿਊਸ ਕਰਦੀ ਹੈ, ਉਹ ਤੁਹਾਡੇ ਅੰਦਰ ਬਹੁਤ ਸਾਰੀ ਰੋਗਾਂ ਨੂੰ ਦੂਰ ਕਰ ਦਿੰਦੀ ਹੈ, ਤੁਹਾਡੇ ਅੰਦਰ ਬਹੁਤ ਸ਼ਕਤੀ ਭਰ ਦਿੰਦੀ ਹੈ ਜਿਹੜੀ, ਦੈਟ ਇਜ਼ ਰੀਅਲ ਐਨਰਜੀ।
ਬਿਲਕੁਲ ਇਸ ਵਾਰ ਤੁਸੀਂ ਐਮ ਪੀ ਬਣ ਗਏ ਜਾਂ ਐਮ ਐਲ ਏ ਬਣ ਗਏ ਜਾਂ ਮੰਤਰੀ ਬਣ ਗਏ, ਅਗਲੀ ਵਾਰ ਨਹੀਂ ਬਣੇ ਤੇ ਪਾਵਰ ਚਲੀ ਗਈ, ਹਾਂਜੀ ਲਾਈਟ ਹੁੰਦੇ ਉਹਦੇ ਮੰਗ ਹੈ ਵੀ ਲਾਈਟ ਚਲੀ ਗਈ, ਪਾਵਰ ਗਈ ਲਾਈਟ ਗਈ। ਬਿਲਕੁਲ ਦੇਖਣਾ ਬਹੁਤ ਜ਼ਰੂਰੀ ਹੈ ਕਿ ਪਾਵਰ ਸਾਡੇ ਕੋਲ ਸਪਿਰਚੁਅਲ ਪਾਵਰ ਜਿਹੜੀ ਪਰਮਾਨੈਂਟ ਪਾਵਰ ਹੈ ਤੁਹਾਡੇ ਨਾਲ ਹਮੇਸ਼ਾ ਰਹੇਗੀ, ਹਮੇਸ਼ਾ ਤੁਹਾਡੇ ਨਾਲ ਚੱਲੇਗੀ ਔਰ ਤੁਹਾਡਾ ਔਰਾ ਹਮੇਸ਼ਾ ਤੁਹਾਡੇ ਦੈਟ ਉਹ ਤੁਹਾਨੂੰ ਅਟਰੈਕਟ ਕਰੇਗਾ, ਹਰ ਚੀਜ਼ ਅਟਰੈਕਟ ਕਰੇਗਾ, ਨੈਗੇਟਿਵਿਟੀ ਨੂੰ ਰਿਪਲਸ ਕਰੇਗਾ, ਤੁਹਾਡੇ ਅੰਦਰੋਂ ਦੀ ਨੈਗੇਟਿਵਿਟੀਜ਼ ਨੂੰ ਕੱਢ ਦੇਗਾ, ਤੁਹਾਡੇ ਅੰਦਰ ਪੋਜ਼ਿਟਿਵਿਟੀ ਆ ਜਾਏਗੀ, ਸਿਹਤ ਤੁਹਾਡੀ ਠੀਕ ਰਹੇਗੀ ਔਰ ਤੁਹਾਡਾ ਜਿਹੜਾ ਸੋਸ਼ਲ ਸਫੀਅਰ ਤੁਹਾਡਾ ਸੋਸ਼ਲ ਵੈਲਿਊ ਤੁਹਾਡੀ ਬਹੁਤ ਬਣ ਜਾਏਗੀ, ਸੋਸ਼ਲ ਰਿਸਪੈਕਟ ਤੁਹਾਡੀ ਬਣ ਜਾਏਗੀ, ਸੋਸਾਇਟੀ ਦੇ ਵਿੱਚ ਰਿਸਪੈਕਟ ਬਣ ਜਾਏਗੀ, ਤੁਹਾਨੂੰ ਲੋਕਾਂ ਕੋਲ ਵੋਟਾਂ ਮੰਗਣ ਜਾਣ ਦੀ ਲੋੜ ਨਹੀਂ ਹੋਏਗੀ, ਤੁਹਾਡੇ ਸਿਰਫ ਇੱਕ ਬਿਹੇਵੀਅਰ ਨੂੰ ਵੋਟਾਂ ਪੈਣਗੀਆਂ, ਦੈਟ ਯੂ ਆਰ ਮੈਨ ਆਫ ਕੈਰੈਕਟਰ, ਡਿਗਨਿਟੀ, ਕੈਰੈਕਟਰ, ਰਿਸਪੈਕਟ ਐਂਡ ਰਿਗਾਰਡ ਤੁਹਾਨੂੰ ਮਿਲੇਗਾ ਸੋਸਾਇਟੀ 'ਚ, ਆਟੋਮੈਟਿਕ ਵੋਟ ਮਿਲਣਗੇ। ਇੱਕ ਹੈ ਅੱਜ ਅਸੀਂ ਪਾਵਰ, ਮਸਲ ਪਾਵਰ ਵੀ ਹੈ, ਡੰਡੇ ਨਾਲ ਵੀ ਵੋਟ ਮੰਗਦੇ, ਬੰਦੂਕ ਨਾਲ ਵੀ ਵੋਟ ਮੰਗਦੇ, ਪੈਸੇ ਨਾਲ ਵੀ ਵੋਟ ਮੰਗਦੇ, ਪੈਸੇ ਨਾਲ ਵੀ ਵੋਟ ਮੰਗਦੇ, ਸੋ ਉਹ ਵੀ ਇੱਕ ਹੈ। ਸਾਡੀ ਜਿਹੜੀ ਪਾਵਰ, ਅਸੀਂ ਅਗਰ ਸਪਿਰਚੁਅਲ ਪਾਵਰ ਯੂਜ਼ ਕਰਾਂਗੇ, ਸਾਡੀ ਭਾਸ਼ਾ ਦੇ ਵਿੱਚ ਦਮ ਹੋਏਗਾ, ਸਾਡੀ ਭਾਸ਼ਾ ਸਪਿਰਚੁਅਲ ਐਸੀ ਹੋਏਗੀ, ਲੋਕਾਂ ਨੂੰ ਕਨਵਿੰਸ ਕਰਨ ਵਾਲੀ ਹੋਏਗੀ, ਤੇ ਲੋਕੀ ਆਟੋਮੈਟਿਕ ਬੜੇ ਸਿਆਣੇ ਨੇ, ਉਹ ਅੱਜ ਦੇਖਦੇ ਨੇ ਅੱਜ ਵਾਈਜ਼ ਮੈਨ, ਸਮਝਦਾਰ ਇਨਸਾਨ ਕੌਣ ਹੈ। ਅੱਛੀ ਚੀਜ਼ ਜਿੱਥੇ ਵੀ ਹੁੰਦੀ ਹੈ ਬੰਦਾ ਅਟਰੈਕਟ ਹੁੰਦਾ ਹੀ ਹੈ ਉਸ ਪਾਸੇ, ਆਕਰਸ਼ਣ ਆਪਣੇ ਆਪ ਬਣ ਜਾਂਦਾ ਉਧਰ, ਬਿਲਕੁਲ ਅਟਰੈਕਸ਼ਨ ਬਣਦੀ ਹੈ। ਸੋ ਇਹ ਪਾਵਰ ਜਿਹੜੀ ਹੈ ਸਾਡੇ ਅੰਦਰ, ਸ਼ਕਤੀਆਂ, ਜਿਵੇਂ ਮਾਤਾ ਦੀਆਂ 8 ਪੂਜਾਵਾਂ ਦਿਖਾਈਆਂ ਨੇ, ਉਹ 8 ਪੂਜਾਵਾਂ ਕੀ ਨੇ, ਉਹ 8 ਸ਼ਕਤੀਆਂ ਨੇ ਸਾਡੇ ਸਪਿਰਚੁਅਲ ਪਾਵਰ ਦੇ ਵਿੱਚ ਦੱਸਦੇ ਨੇ, ਉਹ 8 ਸ਼ਕਤੀਆਂ ਕੀ ਹੈ, ਸਹਿਣ ਕਰਨ ਦੀ ਸ਼ਕਤੀ ਹੈ, ਸਾਹਮਣਾ ਕਰਨ ਦੀ ਸ਼ਕਤੀ ਹੈ, ਸਮਾਣ ਦੀ ਸ਼ਕਤੀ ਹੈ, ਹਾਂਜੀ ਪਰਖਣ ਦੀ ਸ਼ਕਤੀ ਹੈ, ਤੇ ਉਹ ਮਤਲਬ ਪਰਖਣ ਦੀ ਸ਼ਕਤੀ ਹੈ ਔਰ ਜੱਜਮੈਂਟ ਕਰਨ ਦੀ ਸ਼ਕਤੀ ਹੈ, ਦਿੱਕਤਾਂ ਹੁੰਦਾ ਜੱਜ ਕਰਨਾ ਇੱਕ ਪਰਮਾਨੈਂਟ ਕਰਨ ਦੀ, ਤੇ ਇੱਕ ਤੁਹਾਡੇ ਅੰਦਰ ਸਮੇਟਣ ਦੀ ਸ਼ਕਤੀ ਹੈ, ਤੁਹਾਡੇ ਕੋਲ ਸਮਾਂ ਘੱਟ ਹੈ, ਉਹਨੇ ਸਮੇਂ ਦੇ ਵਿੱਚ ਤੁਸੀਂ ਸਾਰਾ ਕੁਛ ਦੱਸਣਾ ਤੇ ਉਸ ਦੇ ਵਿੱਚ ਤੁਸੀਂ ਉਸ ਨੂੰ ਬਰੀਫ ਕਰਨਾ, ਸਮੇਟਣ ਦੀ ਸ਼ਕਤੀ ਹੈ ਤੇ ਵਿਸਤਾਰ, ਬਹੁਤ ਸਾਰਾ ਵਿਸਤਾਰ ਹੈ, ਤੁਸੀਂ ਉਹਨੂੰ ਛੋਟ ਕਰਨਾ, ਉਹਨੂੰ ਸਾਰ ਵਿੱਚ ਲਿਆਉਣ ਦੀ ਸ਼ਕਤੀ ਹੈ। ਇਹ 8 ਸ਼ਕਤੀਆਂ ਨੇ ਜਿਹੜੀਆਂ ਕਿ ਇਨਸਾਨ ਦੇ ਅੰਦਰ, ਜਦੋਂ ਤੁਹਾਡੇ ਅੰਦਰ ਥੋੜੀ ਸਪਿਰਚੁਅਲਿਟੀ ਆਉਂਦੀ ਹੈ, ਇਹ ਆਟੋਮੈਟਿਕਲੀ 8 ਸ਼ਕਤੀਆਂ ਤੁਹਾਡੀਆਂ ਕੰਮ ਕਰਦੀਆਂ। ਇੱਕ ਇੱਕ ਸ਼ਕਤੀ ਨੂੰ ਜਿਸ ਵੇਲੇ ਲੋੜ ਹੈ, ਜਦੋਂ ਸਹਿਣ ਸ਼ਕਤੀ ਦੀ ਲੋੜ ਹੈ, ਤਾਂ ਤੁਸੀਂ ਉਸ ਨੂੰ ਯੂਜ਼ ਕਰੋ, ਉਸਨੂੰ ਇਨਵਾਈਟ ਕਰੋ ਔਰ ਉਹ ਸ਼ਕਤੀ ਤੁਹਾਡੇ ਅੰਦਰ ਆਉਂਦੀ ਹੈ। ਔਰ ਮੈਂ ਤਾਂ ਪ੍ਰੈਕਟੀਕਲੀ ਬਹੁਤ ਵਾਰ ਯੂਜ਼ ਕੀਤਾ, ਇਹੋ ਜਿਹੀਆਂ ਸਿਚੁਏਸ਼ਨਸ ਬਹੁਤ ਆਉਂਦੀਆਂ ਲਾਈਫ ਦੇ ਵਿੱਚ ਜਦੋਂ ਤੁਹਾਨੂੰ ਸਹਿਣ ਕਰਨ ਦੀ ਲੋੜ ਹੈ, ਤੇ ਉਹ ਉਸ ਵੇਲੇ ਤੁਹਾਨੂੰ ਇਹ ਬੜੀ ਕੰਮ ਤੁਹਾਡੇ ਤੁਹਾਨੂੰ ਫੀਲ ਹੁੰਦਾ ਕਿ ਤੁਸੀਂ ਰੀਅਲੀ ਯੂ ਹੈਵ ਵਨ ਦੀ ਬੈਟਲ। ਮੈਂ ਸੜਕ ਦੇ ਕਿਨਾਰੇ ਖੜਾ ਹੋ ਕੇ ਕਿਸੇ ਦੀ ਵੇਟ ਕਰ ਰਿਹਾ ਸੀ, ਬਿਲਕੁਲ ਕਿਨਾਰੇ ਕਾਰ ਲਾਈ ਹੋਈ ਸੀ, ਤੇ ਬੰਦਾ ਉਹ ਪੈਕਟ ਚੁੱਕ ਕੇ ਅੰਦਰੋਂ ਆ ਹੀ ਰਿਹਾ ਸੀ, ਤੇ ਆ ਕੇ ਇੱਕ ਬੰਦਾ ਮੈਨੂੰ ਨਾਲ ਕਹਿੰਦਾ, ਸੜਕ ਤੁਹਾਡੇ ਕਿਸੇ ਦੀ ਹੈ? ਮੈਂ ਉਹਨੂੰ ਕਿਹਾ, ਨਹੀਂ ਭਾਜੀ ਤੁਹਾਡੀ ਹੈ, ਮੇਰੀ ਨੀ ਸੜਕ। ਅੱਛਾ, ਫਿਰ ਸੜਕ ਤੇ ਖੜੀ ਕਿਉਂ ਗੱਡੀ ਕੀਤੀ ਹੋਈ ਹੈ? ਮੈਂ ਕਿਹਾ, ਚਲੇ ਜਾਣੇ ਜਨਾਬ। ਤੇ ਉਹ ਬੰਦਾ ਜਿਹੜੇ ਮਤਲਬ ਸੋਚਦਾ ਸੀ ਪੰਗਾ ਲੈਣ ਦੀ ਗੱਲ ਕਰ ਰਿਹਾ ਸੀ, ਲੇਕਿਨ ਮੈਂ ਉਸ ਚੀਜ਼ ਨੂੰ ਅਵੋਇਡ ਕੀਤਾ, ਮੈਂ ਠੀਕ ਹੈ ਜਨਾਬ ਚਲੇ ਜਾਂਦੇ, ਸੜਕ ਤੁਹਾਡੀ ਹੈ, ਮੇਰੀ ਸੜਕ ਨਹੀਂ ਹੈ। ਉਹ ਬੰਦਾ ਆ ਰਿਹਾ, ਇਨ ਦਾ ਮੀਨ ਟਾਈਮ ਉਹ ਆ ਹੀ ਗਿਆ ਤੇ ਬੈਠਿਆ, ਤੇ ਆਪਾਂ ਮੈਂ ਥੈਂਕ ਯੂ ਬ੍ਰਦਰ। ਫਿਰ ਉਹਨੂੰ ਆਪਣੇ ਆਪ 'ਚ ਬੜੀ ਸ਼ਰਮ ਆਈ ਕਿ ਉਹ ਤਾਂ ਮੈਂ ਤਾਂ ਇੰਨਾ ਦੁਕਾਨ ਤੋਂ ਸਮਾਨ ਚੁੱਕ ਕੇ ਲਿਆ ਰਿਹਾ ਸੀ ਬੰਦਾ, ਮੇਰਾ ਦੋਸਤ, ਉਹ ਬੰਦਾ ਵੀ ਆ ਗਿਆ, ਉਹਨੀ ਦੇਰ ਤੋਂ ਭੱਜ ਗਿਆ ਫਟਾਫਟ। ਉਹ ਮੈਨੂੰ ਉਹਨੇ ਦੱਸਿਆ ਵੀ ਇਹ ਨਸ਼ੇੜੀ ਨੇ, ਇਹਨਾਂ ਦਾ ਰੋਜ਼ ਕਿਸੇ ਨਾ ਕਿਸੇ ਨਾਲ ਪੰਗਾ ਲੈ ਕੇ ਲੜਨਾ ਹੁੰਦਾ ਇਹਨਾਂ ਨੇ। ਅੱਛਾ, ਤੇ ਜੇ ਤੁਹਾਡੀ ਸਥਿਤੀ ਠੀਕ ਹੈ, ਤੁਸੀਂ ਅਗਰ ਰਿਐਕਟ ਨਹੀਂ ਕਰਦੇ, ਆਪਣੇ ਆਪ ਨੂੰ ਈਗੋ ਚ ਨਹੀਂ ਆਉਂਦੇ, ਤੇ ਮੇਰਾ ਕੀ ਵਿਗੜਿਆ? ਕੁਛ ਵੀ ਨਹੀਂ, ਮੇਰਾ ਕੁਛ ਨਹੀਂ ਵਿਗੜਿਆ, ਮੈਂ ਆਰਾਮ ਨਾਲ ਮਸਤੀ ਨਾਲ ਚਲਾ ਗਿਆ, ਮੈਂ ਫੋਰਗਿਵ ਦੈਮ। ਤੇ ਤੁਸੀਂ ਅਦਰਵਾਈਜ਼ ਦੇ ਬੋਲ ਪੈਂਦੇ ਅੱਗੋਂ, ਮੈਂ ਰਿਐਕਟ ਕਰ ਜਾਂਦਾ, ਹਾਂਜੀ, ਤੇ ਫਿਰ ਉਹ ਤਾਂ ਤਿਆਰ ਬੈਠੇ ਸੀ, ਮੈਂ ਤਾਂ ਲੜਨ ਲਈ ਤਿਆਰ ਨਹੀਂ ਸੀਗਾ, ਉਹ ਤਾਂ ਤਿਆਰੀ ਚ ਸੀਗਾ ਲੜਨ ਲਈ, ਤੇ ਆਪਾਂ ਮਸਤੀ ਨਾਲ, ਆਰਾਮ ਨਾਲ ਮਸਤੀ ਨਾਲ, ਗੋਡ ਬਲੈਸ ਦੈਮ, ਮਾਫ ਕੀਤਾ, ਚਲਦੇ ਹੋਏ ਅੱਗੇ। ਗੁਨਾ ਦੀ ਔਰ ਸ਼ਕਤੀਆਂ ਦੀ ਗੱਲ ਤੁਸੀਂ ਹੁਣੇ ਦੱਸ ਰਹੇ ਹੋ, ਔਰ ਤੁਸੀਂ ਕਹਿ ਰਹੇ ਹੋ ਕਿ ਇਹ ਸਾਰੇ ਗੁਣ ਸਾਡੀ ਆਤਮਾ 'ਚ ਆਲਰੇਡੀ ਹੈਗੇ ਨੇ ਜੀ, ਤੇ ਇਹ ਅਸੀਂ ਫਿਰ ਯੂਜ਼ ਕਿਉਂ ਨਹੀਂ ਕਰਦੇ ਇਹਨਾਂ ਗੁਣਾਂ ਨੂੰ? ਯੂਜ਼ ਕਰਨ ਦੀ ਵੀ ਪਾਵਰ ਚਾਹੀਦੀ ਹੈ, ਜਿਵੇਂ ਅਸੀਂ ਭਗਤੀ ਕਰਦੇ ਹਾਂ, ਹਾਂਜੀ, ਭਗਤੀ ਦੇ ਵਿੱਚ ਸਾਡੇ ਕੋਲ ਸ਼ਰਧਾ ਬਹੁਤ ਹੈ, ਵਿਸ਼ਵਾਸ ਬਹੁਤ ਹੈ, ਅਸੀਂ ਪੂਰੇ ਜੋ ਵੀ ਕਾਰਿਆਕ੍ਰਮ ਉਹ ਕਰਦੇ ਹਾਂ, ਆਰਤੀ ਵੀ ਉਤਾਰਦੇ ਹਾਂ ਅਸੀਂ, ਸਭ ਧੂਪ ਬੱਤੀ ਸਭ ਕੁਛ ਕਰਦੇ ਹਾਂ, ਲੇਕਿਨ ਅਸੀਂ ਜੀਵਨ ਦੇ ਵਿੱਚ ਜਿਹੜੀ ਸੱਚਾਈ ਹੈ ਉਸਨੂੰ ਨਹੀਂ ਪਹਿਚਾਣਦੇ, ਮੈਂ ਹੈ ਕੌਣ ਇਸੇ ਚੀਜ਼ ਨੂੰ ਨਹੀਂ ਜਾਣਦੇ, ਮੇਰੇ ਅੰਦਰ ਇਹ ਗੁਣ ਭਰੇ ਹੋਏ ਨੇ ਉਹ ਵੀ ਮੈਨੂੰ ਪਤਾ ਨਹੀਂ ਹੈ। ਹਾਂਜੀ, ਜਿਵੇਂ ਹਨੂੰਮਾਨ ਜੀ ਨੂੰ ਦੱਸਣਾ ਪੈਂਦਾ ਸੀ, ਹਨੂੰਮਾਨ ਜੀ ਤੁਸੀਂ ਉੱਡ ਸਕਦੇ ਹੋ, ਆਪਣੀ ਸ਼ਕਤੀਆਂ ਭੁੱਲ ਗਏ ਸੀ, ਸ਼ਕਤੀਆਂ ਭੁੱਲ ਗਏ ਸੀ,
ਤੇ ਉਹਨਾਂ ਨੇ ਉੱਡਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਅੱਜ ਦਾ ਇਨਸਾਨ ਭੁੱਲਿਆ ਹੋਇਆ, ਅੱਜ ਦਾ ਇਨਸਾਨ ਇਹਨਾਂ ਗੱਲਾਂ ਨੂੰ ਭੁੱਲ ਗਿਆ ਹੋਇਆ ਕਿ ਮੇਰੇ ਅੰਦਰ ਇਹ ਸ਼ਕਤੀਆਂ ਹੈ, ਮੇਰੇ ਅੰਦਰ ਸਾਰੇ ਗੁਣ ਭਰੇ ਹੋਏ ਆ, ਮੇਰੀ ਆਤਮਾ ਇਹਨਾਂ ਦੀ ਇਹ ਇਨਨੇਟ ਕੁਆਲਿਟੀਜ਼ ਨੇ, ਇਹਨਾਂ ਦੇ ਨਾਲ ਮੈਂ ਅੱਗੇ ਬਹੁਤ ਜ਼ਿਆਦਾ ਵੱਧ ਸਕਦੀ ਹਾਂ। ਮੈਂ ਅਗਰ ਇਹਨਾਂ ਨੂੰ ਪ੍ਰੋਪਰ ਯੂਟੀਲਾਈਜ਼ ਕਰਾਂਗੀ, ਮੈਂ ਆਤਮਾ ਅਗਰ ਇਹਨਾਂ ਨੂੰ ਯੂਜ਼ ਕਰ ਰਹੀ ਹਾਂ ਤਾਂ ਮੈਂ ਬਹੁਤ ਜ਼ਿਆਦਾ ਮੇਰੇ ਅੰਦਰ, ਦੇਖੋ ਇੱਕ ਜੇ ਤੁਹਾਡੇ ਅੰਦਰ ਤੁਸੀਂ ਇਸ ਕੌਂਸ਼ੀਅਸਨੈਸ ਦੇ ਵਿੱਚੋਂ ਤੁਹਾਡੇ ਦਿਮਾਗ 'ਚ ਇਹ ਹੈ ਕਿ ਮੈਂ ਇੱਕ ਆਤਮਾ, ਇਹ ਸਰੀਰ ਦੁਆਰਾ ਮੈਂ ਪਾਰਟ ਵਜਾ ਰਹੀ ਹਾਂ, ਮੇਰਾ ਰੋਲ ਹੈ, ਦਿਸ ਇਜ਼ ਮਾਈ ਰੋਲ, ਮੈਂ ਆਪਣਾ ਰੋਲ ਪਲੇ ਕਰਨਾ ਤੇ ਮੇਰਾ ਰੋਲ ਬੈਸਟ ਹੋਣਾ ਚਾਹੀਦਾ, ਚਾਹੇ ਉਹ ਵਿਲਨ ਦਾ ਹੈ, ਚਾਹੇ ਉਹ ਹੀਰੋ ਦਾ ਹੈ, ਚਾਹੇ ਉਹ ਹੀਰੋਇਨ ਦਾ ਹੈ। ਜਿਸ ਰੋਲ ਦੇ ਵਿੱਚ ਮੈਂ ਹੈ, ਮੈਂ ਕੀ ਮੈਂ ਉਹ ਆਪਣਾ ਰੋਲ ਅਦਾ ਅੱਛਾ ਕਰ ਰਿਹਾ? ਜੇ ਮੈਂ ਹੁਣ ਇੱਥੇ ਸਟੂਡੀਓ ਦੇ ਵਿੱਚ ਬੈਠਾ ਤੇ ਕੀ ਮੈਂ ਸਟੂਡੀਓ ਦੇ ਵਿੱਚ ਪਰਫਾਰਮੈਂਸ ਜੋ ਅੱਛੀ ਦੇ ਰਿਹਾ, ਤੇ ਜੇ ਮੈਂ ਕਿਤੇ ਪੜ੍ਹਾ ਰਿਹਾ ਜਾਂ ਲੈਕਚਰ ਦੇ ਰਿਹਾ, ਕੀ ਮੇਰੀ ਪਰਫਾਰਮੈਂਸ ਲੋਕਾਂ ਨੂੰ ਸਮਝ ਆ ਰਹੀ ਹੈ, ਜੋ ਮੈਂ ਬੋਲਣਾ ਚਾਹ ਰਿਹਾ, ਕਨਵੇ ਕਰਨਾ ਚਾਹ ਰਿਹਾ, ਜੋ ਮੈਸੇਜ ਦੇਣਾ ਚਾਹ ਰਿਹਾ, ਕੀ ਉਹ ਪਬਲਿਕ ਤੱਕ ਮੈਸੇਜ ਪਹੁੰਚ ਵੀ ਰਿਹਾ ਜਾਂ ਨਹੀਂ ਪਹੁੰਚ ਰਿਹਾ? ਇਹ ਬਹੁਤ ਜ਼ਰੂਰੀ ਹੈ। ਇਹੀ ਨਹੀਂ ਕਿ ਮੈਂ ਸਿਰਫ ਜੋ ਮੇਰੇ ਦਿਮਾਗ 'ਚ ਸੋਚਿਆ ਹੋਇਆ ਇਹ ਬੋਲਣਾ, ਬੋਲ ਕੇ ਆ ਜਾਣਾ, ਉਹ ਲੋਕਾਂ ਦੇ ਸਮਝ ਕਿਵੇਂ ਆਏ। ਇਹੀ ਚੀਜ਼ਾਂ ਮੇਰੇ ਦੱਸਣ ਦਾ ਮਤਲਬ ਇਹੀ ਹੈ ਕਿ ਅਸੀਂ ਵੈਲਿਊਜ਼ ਨੂੰ ਲਾਈਫ ਦੇ ਵਿੱਚ ਅਡੋਪਟ ਕਰੀਏ, ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਇਮਰਜ ਕਰੀਏ ਜੋ ਸਾਡੇ ਅੰਦਰ ਨੇ। ਹਰ ਆਤਮਾ ਦੇ ਅੰਦਰ ਇੱਕ ਚਮਕਦਾ ਹੋਇਆ ਸਟਾਰ, ਇੱਥੇ ਆਤਮਾ ਦਾ ਨਿਵਾਸ ਇੱਥੋਂ ਢਾਈ ਜਾਂਦਾ। ਪਰ ਇਹ ਜੋ ਗੁਣ ਨੇ ਇਹ ਅਸੀਂ ਚਲੋ ਯੂਜ਼ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਨਹੀਂ ਕਿ ਸਾਡੇ ਅੰਦਰ ਇਹ ਗੁਣ ਨੇ। ਮੰਨ ਲਓ ਹੁਣ ਕਿਸੇ ਨਾਲ ਲੜਾਈ ਹੋ ਗਈ, ਕੁਛ ਇਹੋ ਜਿਹੀ ਗੱਲ ਤੇ ਹੋ ਗਈ ਕਿ ਜੋ ਸਹਿਣ ਕਰਨ ਲਾਇਕ ਬਿਲਕੁਲ ਨਹੀਂ ਸੀ, ਔਰ ਮੈਨੂੰ ਇਹ ਗਿਆਨ ਆ ਗਿਆ ਕਿ ਇਹ ਵੀ ਆਤਮਾ ਹੈ, ਤੇ ਮੈਨੂੰ ਤਾਂ ਸਮਝ ਹੋਣੀ ਚਾਹੀਦੀ ਨਾ ਵੀ ਉਹ ਤਾਂ ਸ਼ਾਂਤ ਸਰੂਪ ਆਤਮਾ ਹੈ ਲੇਕਿਨ ਉਹ ਮੇਰੇ ਤੇ ਹੀ ਗੁੱਸਾ ਕਰ ਰਹੀ ਹੈ, ਤੇ ਮੈਂ ਕਿੱਦਾਂ ਰਿਐਕਟ ਨਾ ਕਰਾਂ? ਮੇਰਾ ਰਿਐਕਟ ਕਰਨ ਦਾ, ਮੈਂ ਜਦ ਫੀਲ ਕਰਦੇ ਹਾਂ ਵੀ ਉਹ ਆਤਮਾ ਇਸ ਵੇਲੇ ਕਿਸੇ ਪੇਨ, ਕਿਸੇ ਦੁੱਖ, ਕਿਸੇ ਦਰਦ ਦੇ ਵਿੱਚ ਹੈ, ਉਹ ਜਿਹੜੀ ਆਤਮਾ ਕੁਛ ਰਿਐਕਟ ਕਰ ਰਹੀ ਹੈ, ਕੁਛ ਤੁਹਾਨੂੰ ਗਲਤ ਬੋਲ ਰਹੀ ਹੈ, ਕੁਛ ਕਹਿ ਰਹੀ ਹੈ, ਇਸ ਦਾ ਮਤਲਬ ਇਹ ਹੈ ਕਿ ਉਸ ਆਤਮਾ ਦੇ ਅੰਦਰ ਕੋਈ ਦਰਦ ਹੈ, ਕੋਈ ਤਕਲੀਫ ਹੈ, ਉਹ ਪੇਨ ਵਿੱਚ ਹੈ, ਤੇ ਪੇਨ ਵਾਲੇ ਨੂੰ ਆਪਾਂ ਕੀ ਪੇਨ ਦਾ ਇੰਜੈਕਸ਼ਨ ਦੇਣਾ ਚਾਹੀਦਾ, ਪੇਨ ਦੀ ਗੋਲੀ ਦੇਣੀ ਚਾਹੀਦੀ ਜਾਂ ਉਹਨੂੰ ਦੂਜੀ ਗੋਲੀ ਮਾਰ ਦੇਣੀ ਚਾਹੀਦੀ? ਅੰਦਰ ਬਰਨ ਕਰ ਰਿਹਾ, ਅਸੀਂ ਉੱਤੇ ਪੈਟਰੋਲ ਪਾ ਕੇ ਹੋਰ ਵਧਾ ਰਹੇ ਹਾਂ ਅੱਗ ਨੂੰ ਜਾਂ ਘਟਾ ਰਹੇ ਹਾਂ? ਅਸੀਂ ਤਾਂ ਉਹਨੂੰ ਸ਼ਾਂਤ ਕਰਨਾ, ਕੋਸ਼ਿਸ਼ ਕਰਨੀ ਹੈ ਅੰਦਰੋਂ ਦੁਆ ਦੇਈਏ, ਇਹ ਪਰਮਾਤਮਾ ਇਸਦਾ ਜੋ ਵੀ ਦੁੱਖ ਹੈ, ਜੋ ਵੀ ਇਸਦੇ ਅੰਦਰ ਦਰਦ ਹੈ, ਉਹ ਦੂਰ ਹੋ ਜਾਏ, ਤਾਂ ਕਿ ਜੋ ਇੰਨਾ ਤੜਫ ਰਿਹਾ ਉਹਦਾ ਠੀਕ ਹੋ ਜਾਏ, ਤੇ ਉਹਦਾ ਸ਼ਾਂਤ ਹੁੰਦਿਆਂ ਹੀ ਤੁਹਾਡੇ ਕੋਲੋਂ ਮਾਫ਼ੀ ਮੰਗਣ ਆ ਜਾਏਗਾ। ਮਤਲਬ ਕਹਿਣ ਦਾ ਮਤਲਬ ਮੇਰਾ ਉਹੀ ਹੈ ਕਿ ਚਲੋ ਮੈਨੂੰ ਗਿਆਨ ਆ ਗਿਆ ਕਿ ਮੈਂ ਆਤਮਾ ਹਾਂ ਔਰ ਮੈਂ ਸ਼ਾਂਤ ਰਹਿਣਾ ਹੈ, ਮੇਰੇ ਅੰਦਰ ਸ਼ਕਤੀ ਵੀ ਹੈ, ਪਰ ਸਾਹਮਣੇ ਵਾਲੇ ਨੂੰ ਤਾਂ ਉਹ ਗਿਆਨ ਨਹੀਂ ਹੈਗਾ ਕਿ ਸਾਹਮਣੇ ਵਾਲਾ ਆਪਣਾ ਬਿਹੇਵੀਅਰ ਜੋ ਹੈ ਉਹ ਕਿੱਦਾਂ ਚੇਂਜ ਕਰੇਗਾ। ਅਸੀਂ ਆਪਣੇ ਤੇ ਕੰਮ ਕਰਨਾ, ਸਿਰਫ ਆਪਣੇ ਤੇ ਕੰਮ ਕਰਨਾ ਪਹਿਲਾਂ। ਜੇ ਅਸੀਂ ਆਪਣੇ ਤੇ ਕੰਮ ਕਰਾਂਗੇ, ਮੇਰੇ ਅੰਦਰ ਇੰਨੀ ਸ਼ਕਤੀ ਆ ਗਈ, ਟੋਲਰੈਂਸ, ਪਾਵਰ ਟੂ ਟੋਲਰੇਟ ਆ ਗਈ, ਦੂਸਰਾ ਰਿਐਕਟ ਕਰ ਰਿਹਾ, ਗਲਤ ਕਰ ਰਿਹਾ, ਅਗਰ ਮੇਰੇ ਅੰਦਰ ਪਾਵਰ ਟੂ ਟੋਲਰੇਟ ਆ ਗਈ, ਸਹਿਣ ਦੀ ਸ਼ਕਤੀ ਮੇਰੇ ਅੰਦਰ ਹੈ ਔਰ ਮੈਂ ਸਹਿਣ ਕਰ ਲਿਆ, ਤੇ ਆਈ ਐਮ ਵਿਨਰ। ਉਹ ਲੂਜ਼ਰ ਤਾਂ ਉਹੀ ਹੈ, ਉਹਨੇ ਆਪਣੀ ਸਿਹਤ ਖਰਾਬ ਕੀਤੀ। ਜੇ ਮੈਂ ਵੀ ਗੁੱਸਾ ਕਰਾਂਗਾ, ਮੇਰੀ ਵੀ ਸਿਹਤ ਖਰਾਬ ਹੋਏਗੀ, ਮੈਨੂੰ ਵੀ ਟੈਨਸ਼ਨ ਹੋ ਸਕਦੀ ਹੈ, ਮੈਨੂੰ ਵੀ ਬਲੱਡ ਪ੍ਰੈਸ਼ਰ ਹੋ ਸਕਦਾ, ਉਹਨੂੰ ਤਾਂ ਬਲੱਡ ਪ੍ਰੈਸ਼ਰ ਹੈ ਹੀ ਹੈ, ਜਿਹੜਾ ਇਹੋ ਜਿਹਾ ਕੰਮ ਕਰ ਰਿਹਾ ਨੰਬਰ ਵਨ ਉਹਨੂੰ ਬਲੱਡ ਪ੍ਰੈਸ਼ਰ ਜ਼ਰੂਰ ਹੋਏਗਾ, ਨਹੀਂ ਵੀ ਅਦ ਹੋ ਜਾਏਗਾ। ਇਸ ਕਰਕੇ ਉਸ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ, ਅਸੀਂ ਆਪਣੇ ਆਪ ਨੂੰ ਪਹਿਲਾਂ ਚੇਂਜ ਕਰੀਏ। ਮੈਨੂੰ ਦੇਖ ਕੇ ਹੀ ਮੇਰਾ ਪਰਿਵਾਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ। ਜੇ ਮੈਂ ਗੁੱਸਾ ਕਰ ਰਿਹਾ, ਮੇਰੇ ਪਰਿਵਾਰ ਵਾਲੇ ਕਿਉਂ ਨਹੀਂ ਕਰਨਗੇ? ਮੈਂ ਇੱਕ ਰੋਲ ਮਾਡਲ ਸਭ ਤੋਂ ਪਹਿਲਾਂ ਬਣਨਾ ਹਰ ਜਗ੍ਹਾ ਤੇ, ਇਹ ਨਹੀਂ ਕੋਈ ਉਹ ਬਹੁਤ ਕ੍ਰੋਧੀ ਹੈ ਉਹ ਹਮੇਸ਼ਾ ਕਰਦਾ, ਨਹੀਂ, ਹਮੇਸ਼ਾ ਅਸੀਂ ਉਹਨੂੰ ਹਮੇਸ਼ਾ ਵਾਸਤੇ ਕੀ ਦੇਣਾ, ਉਹਨੂੰ ਦੁਆਵਾਂ ਦੇਣੀਆਂ, ਉਹਦੇ ਲਈ ਅਸੀਂ ਪ੍ਰੇ ਕਰਨਾ ਕਿ ਉਹ ਠੀਕ ਹੋ ਜਾਏ, ਉਸਦਾ ਜੋ ਵੀ ਦੁੱਖ ਦਰਦ ਜੋ ਵੀ ਤਕਲੀਫ ਹੋਣਗਾ ਉਹ ਠੀਕ ਹੋ ਜਾਏ, ਤਾਂ ਕਿ ਉਹਦਾ ਬਿਹੇਵੀਅਰ ਵੀ ਠੀਕ ਹੋ ਜਾਏ ਔਰ ਉਹ ਤੁਹਾਡੇ ਨਾਲ ਗੱਲਾਂ ਵੀ ਚੰਗੀਆਂ ਕਰੇ ਔਰ ਤੁਹਾਡੇ ਨਾਲ ਬਿਹੇਵ ਵੀ ਠੀਕ ਕਰੇ। ਬਿਲਕੁਲ, ਉਹਦੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਏਗਾ। ਦੇਖੋ, ਤੁਸੀਂ ਰਿਐਕਟ ਕਰਕੇ ਆਪਣੀ ਸਿਚੁਏਸ਼ਨ ਨੂੰ ਦੇਖੋ, ਬਿਨਾਂ ਰਿਐਕਟ ਕੀਤਾ ਆਪਣੀ ਸਿਚੁਏਸ਼ਨ ਨੂੰ ਦੇਖੋ, ਤੁਹਾਨੂੰ ਕਿੰਨਾ ਆਨੰਦ ਆਏਗਾ। ਬਿਲਕੁਲ, ਜਿਵੇਂ ਮੈਂ ਰਿਐਕਟ ਨਹੀਂ ਕੀਤਾ, ਉਹ ਮੇਰੇ ਨਾਲ ਵਾਲਾ ਕਹਿੰਦਾ ਜੀ ਮੇਰੇ ਨਾਲ ਪੰਗਾ ਲੈਂਦੇ, ਮੈਂ ਤਾਂ ਉਹਨਾਂ ਨੂੰ ਹੁਣ ਹੀ ਛੱਡਦਾ ਨਾ, ਮੈਂ ਕਿਹਾ ਬਸ ਸ਼ਾਂਤ, ਕੋਈ ਗੱਲ ਨਹੀਂ।
ਔਰ ਪਲੱਸ ਇੱਕ ਇੱਕ ਚੀਜ਼ ਜਦੋਂ ਆਪਾਂ ਜਿੱਦਾਂ ਹੁਣ ਤੁਸੀਂ ਰਿਐਕਟ ਕੀਤਾ ਹੋਏਗਾ ਸ਼ਾਂਤ ਰਹਿਣ ਦਾ ਤੇ ਇੱਕ ਅਲੱਗ ਹੀ ਪਾਵਰ ਤੁਹਾਨੂੰ ਮਿਲੀ ਹੋਏਗੀ ਅੰਦਰ ਤੇ ਉਹ ਅਗਲੀ ਵਾਰ ਲਈ ਫਿਰ ਉਹ ਇਕੱਠਾ ਹੁੰਦਾ ਜਾਂਦਾ ਪੂਰਾ ਸਮਾਨ ਐਕਚੁਅਲੀ ਉਹਦੇ ਨਾਲ ਕੀ ਹੈ ਮੈਨੂੰ ਦੇਖ ਕੇ ਕਈ ਮੇਰੇ ਦੋਸਤ ਬੜੇ ਉਹ ਵੀ ਸ਼ਾਂਤ ਹੋ ਗਏ ਕਹਿੰਦੇ ਯਾਰ ਜੇਕਰ ਇਹ ਇੰਨਾ ਗੁੱਸੇ ਵਾਲਾ ਇਨਸਾਨ ਸੀ ਅੱਜ ਤੋਂ 15 ਸਾਲ ਪਹਿਲਾਂ ਮਤਲਬ ਜੋ ਵੀ ਪਹਿਲਾਂ ਜੋ 11 ਆਉਣ ਤੋਂ ਪਹਿਲਾਂ ਕਾਫੀ ਗੁੱਸਾ ਆਉਂਦਾ ਸੀ ਉਹ ਹੈਰਾਨ ਨੇ ਕਿ ਉਹੀ ਇਨਸਾਨ ਇੰਨਾ ਕਿਵੇਂ ਬਦਲ ਸਕਦਾ ਇਸ ਦੇ ਅੰਦਰ ਇੰਨੀ ਚੇਂਜ ਕਿੱਥੋਂ ਆਈ ਉਹ ਪੁੱਛਦੇ ਨੇ ਕਈ ਵਾਰ ਜਦੋਂ ਮਿਲਦੇ ਆ ਕਹਿੰਦੇ ਯਾਰ ਤੁਹਾਨੂੰ ਦੇਖ ਕੇ ਸਾਨੂੰ ਜੈਲਸੀ ਹੁਣ ਬੜੀ ਹੁੰਦੀ ਹੈ ਕਿ ਤੁਸੀਂ ਤੇ ਮਤਲਬ ਟੌਪ ਤੇ ਸੀ ਇਸ ਪਾਸੇ ਤੇ ਹੁਣ ਤੁਸੀਂ ਦੂਜੇ ਪਾਸੇ ਟੌਪ ਤੇ ਚਲੇ ਗਏ ਹੁਣ ਤੁਸੀਂ ਸ਼ਾਂਤੀ ਵਾਲ ਟੌਪ ਤੇ ਚਲੇ ਗਏ ਹੁਣ ਤੁਹਾਡੇ ਤੇ ਕਿਸੇ ਗੱਲ ਦਾ ਕੋਈ ਭੈੜੀ ਗੱਲ ਦਾ ਕੋਈ ਅਸਰ ਹੁੰਦਾ ਹੀ ਨੀ ਕਿੰਨਾ ਕੁਛ ਤੁਹਾਨੂੰ ਅਸੀਂ ਕਹਿ ਜਾਂਦੇ ਹਾਂ ਤੁਸੀਂ ਹੱਸਦੇ ਹੱਸਦੇ ਉਹਨੂੰ ਮਜ਼ਾਕ ਟਾਲ ਕੇ ਚਲੇ ਜਾਂਦੇ ਬਸ ਇਹੋ ਮੈਂ ਹੁਣ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਸਾਨੂੰ ਇਹ ਤਾਂ ਗਿਆਨ ਹੋ ਗਿਆ ਕਿ ਸਾਡੇ ਅੰਦਰ ਹੀ ਇਹ ਸਾਰੇ ਗੁਣ ਨੇ ਜੋ ਤੁਸੀਂ ਸਾਨੂੰ 7 ਗੁਣ ਦੱਸੇ ਹੈ ਇਹਨੂੰ ਹੁਣ ਆਪਣੇ ਅੰਦਰ ਕਿੱਦਾਂ ਅਸੀਂ ਇਮਰਜ ਕਰ ਸਕਦੇ ਹਾਂ ਹੁਣ ਤਾਂ ਸਾਰੇ ਉੱਪਰ ਮਿੱਟੀ ਪੈ ਗਈ ਪੂਰੀ ਧੂਲ ਲੱਗੀ ਹੋਈ ਹੈ ਸਾਰੇ ਗੁਣਾਂ ਦੇ ਉੱਪਰ ਇਹਨੂੰ ਕਿੱਦਾਂ ਹੁਣ ਅਸੀਂ ਇੱਕ ਇੱਕ ਕਰਕੇ ਇਮਰਜ ਕਰ ਸਕਦੇ ਹਾਂ ਇਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਪਹਿਲਾਂ ਤਾਂ ਗਿਆਨ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਇਹ ਗਿਆਨ ਦੇ ਵਿੱਚ ਗਿਆਨ ਦੇ ਨਾਲ 4 ਸਬਜੈਕਟ ਆ ਜਾਂਦੇ ਨੇ ਅਸੀਂ ਉਸਨੂੰ ਫਿਰ ਤੁਹਾਨੂੰ ਦੱਸਾਂਗਾ 4 ਸਬਜੈਕਟ ਕੀ ਨੇ ਗਿਆਨ ਦੇ ਪਹਿਲਾਂ ਤਾਂ ਗਿਆਨ ਲੈਣਾ ਬਹੁਤ ਜ਼ਰੂਰੀ ਹੈ ਜਦੋਂ ਸਾਨੂੰ ਇਹ 7 ਦਿਨ ਦਾ ਕੋਰਸ ਗਿਆਨ ਦਾ ਪਤਾ ਚੱਲ ਗਿਆ ਫਿਰ ਸਾਨੂੰ ਪਤਾ ਲੱਗੇਗਾ ਕਨੈਕਸ਼ਨ ਪਰਮਾਤਮਾ ਨਾਲ ਕਿਵੇਂ ਜੋੜਨਾ ਉਹਦੇ 'ਚ ਨਾਲ ਹੀ ਪਤਾ ਲੱਗ ਜਾਂਦਾ ਗਿਆਨ ਦੇ ਵਿੱਚ ਹੀ ਆ ਜਾਂਦਾ ਸਾਰਾ ਸਾਨੂੰ ਸਾਰੀ ਸ੍ਰਿਸ਼ਟੀ ਚੱਕਰ ਦਾ ਸਮਝ ਆ ਜਾਂਦਾ ਕਿ ਇਹ ਡਰਾਮਾ ਜਿਹੜਾ ਹੈਗਾ ਇਹ ਯੁੱਗ ਪਰਿਵਰਤਨ ਕਿਵੇਂ ਹੁੰਦੇ ਨੇ ਇਹਨਾਂ ਦਾ ਰੋਲ ਕੀ ਹੈ ਤੇ ਉਹ ਸਾਰਾ ਸਿਸਟਮ ਜਦੋਂ ਸਾਨੂੰ ਸਮਝ ਆ ਗਿਆ ਸ੍ਰਿਸ਼ਟੀ ਚੱਕਰ ਕਿਵੇਂ ਚੱਲਦਾ ਤੇ ਜਿਵੇਂ ਹੁਣ ਇਸ ਕਲਯੁੱਗ ਹੈ ਇਸ ਵੇਲੇ ਇਹ ਕਲਯੁੱਗ ਦਾ ਲਾਸਟ ਲੈਗ ਚੱਲ ਰਹੀ ਹੈ ਬਿਲਕੁਲ ਲਾਸਟ ਸਟੇਜ ਹੈ ਇਹਦਾ ਹੁਣ ਪਰਿਵਰਤਨ ਹੋਏਗਾ ਪਰਿਵਰਤਨ ਹੋ ਕੇ ਸਤਯੁਗ ਆਏਗਾ ਤੇ ਜਦੋਂ ਇਨਸਾਨ ਨੂੰ ਇਹ ਸਮਝ ਆ ਜਾਏਗੀ ਕਿ ਹੁਣ ਤੇ ਬਹੁਤ ਥੋੜਾ ਸਮਾਂ ਬਚਿਆ ਹੈ ਇਹ ਕਲਯੁੱਗ ਦੀਆਂ ਅੰਤਿਮ ਸ਼ਵਾਸਾਂ ਚੱਲ ਰਹੀਆਂ ਇਹਨਾਂ ਅੰਤਿਮ ਸ਼ਵਾਸਾਂ ਦੇ ਵਿੱਚ ਕਿਸੇ ਵੇਲੇ ਵੀ ਇਹ ਚੇਂਜ ਪਰਿਵਰਤਨ ਹੋਏਗੀ ਇਹ ਕਲਯੁੱਗ ਜਿਹੜਾ ਸਤਯੁਗ ਦੇ ਵਿੱਚ ਪਰਿਵਰਤਨ ਹੋਏਗਾ ਔਰ ਸਤਯੁਗ ਦੇ ਵਿੱਚ ਤਾਂ ਕੋਈ ਮਾੜੀ ਚੀਜ਼ ਹੋ ਹੀ ਨਹੀਂ ਸਕਦੀ ਸਤਯੁਗ ਦੇ ਵਿੱਚ ਤਾਂ ਸ਼ੇਰ ਗਾਏ ਬੱਕਰੀ ਸਭ ਇੱਕ ਘਾਟ ਦੇ ਪਾਣੀ ਪੀਂਦੇ ਆ ਕੋਈ ਉੱਥੇ ਮਤਲਬ ਇਹੋ ਜਿਹਾ ਕੋਈ ਮਾੜੀ ਗੱਲ ਹੁੰਦੀ ਨਹੀਂ ਨਾ ਉੱਥੇ ਕੋਈ ਉੱਥੇ ਕੋਈ ਫੌਜ ਦੀ ਲੋੜ ਹੈ ਨਾ ਉੱਥੇ ਕੋਈ ਪੁਲਿਸ ਦੀ ਲੋੜ ਹੈ ਉੱਥੇ ਲਾਅ ਐਂਡ ਆਰਡਰ 100% ਹਿਊਮਨ ਬੀਇੰਗ ਟੋਟਲੀ ਪਰਫੈਕਟ ਪ੍ਰਕਿਰਤੀ ਟੋਟਲੀ ਸਤੋ ਪ੍ਰਧਾਨ ਜਿੱਥੇ ਨੇਚਰ ਇੰਨੀ ਸਤੋ ਪ੍ਰਧਾਨ ਹੈ ਜਿਹਨਾਂ ਦਾ ਸਰੀਰ ਬਣਿਆ ਹੋਇਆ ਅੱਜ ਉਹ 5 ਤੱਤਵ ਵੀ ਜਿਹੜੇ ਨੇ ਉਹ ਵੀ ਤਮੋ ਪ੍ਰਧਾਨ ਨੇ ਤਮੋ ਪ੍ਰਧਾਨ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਤਾਂ ਹੁੰਦੇ ਸਤੋ ਪ੍ਰਧਾਨ ਵਿਦ ਫੁੱਲ ਵੈਲਿਊਜ਼ 100% ਪਿਓਰ ਤਮੋ ਪ੍ਰਧਾਨ ਵੀ 100% ਕਰਪਟ ਮਤਲਬ ਇੰਪਿਓਰ ਇੰਪਿਓਰਿਟੀ ਇੰਪਿਓਰ ਤੇ ਸਾਰੇ ਉਹਨਾਂ ਦੇ ਅਵਗੁਣ ਨੇ ਹਾਂਜੀ ਉਹਨਾਂ ਦੇ ਵਿੱਚ ਗਿਆਨ ਦੀ ਜਗ੍ਹਾ ਗਿਆਨ ਭਰਿਆ ਹੋਇਆ ਪਵਿੱਤਰਤਾ ਦੀ ਜਗ੍ਹਾ ਤੇ ਅਪਵਿੱਤਰਤਾ ਭਰੀ ਹੋਈ ਹੈ ਸ਼ਾਂਤੀ ਦੀ ਜਗ੍ਹਾ ਤੇ ਅਸ਼ਾਂਤੀ ਫੈਲੀ ਹੋਈ ਹੈ ਹਾਂਜੀ ਤੇ ਪ੍ਰੇਮ ਦੀ ਜਗ੍ਹਾ ਤੇ ਨਫ਼ਰਤ ਜੈਲਸੀ ਹੇਟਰਡ ਇਹ ਸਾਰਾ ਕੁਝ ਭਰਿਆ ਹੋਇਆ ਤੇ ਉਹਦੇ ਚ ਆਨੰਦ ਦੀ ਜਗ੍ਹਾ ਦੇ ਉੱਤੇ ਤਾਂ ਸਾਰਾ ਉਹਨਾਂ ਨੇ ਉਲਟਾ ਹੀ ਸਾਰਾ ਕੁਝ ਨੈਗੇਟਿਵਿਟੀ ਭਰੀ ਹੋਈ ਹੈ ਸ਼ਕਤੀ ਦੀ ਜਗ੍ਹਾ ਤੇ ਬਿਲਕੁਲ ਸ਼ਕਤੀਹੀਨ ਫੀਲ ਕਰਦੇ ਆ ਸ਼ਕਤੀ ਹੈ ਹੀ ਨਹੀਂ ਕਮਜ਼ੋਰੀਆਂ ਹੈ ਕਮਜ਼ੋਰੀਆਂ ਨਾਲ ਭਰਿਆ ਹੋਇਆ ਇਨਸਾਨ ਸਰਵ ਸ਼ਕਤੀਮਾਨ ਦੀ ਜਗ੍ਹਾ ਤੇ ਸ਼ਕਤੀਆਂ ਨਾਲ ਕਮਜ਼ੋਰੀਆਂ ਨਾਲ ਭਰਿਆ ਹੋਇਆ ਇਨਸਾਨ 100 ਕਮਜ਼ੋਰੀਆਂ ਤੋ ਇਸ ਕਰਕੇ ਉਹਨਾਂ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੇ ਅੱਗੋਂ 4 ਬੱਚੇ ਸਭ ਵਿੱਚ ਇਹ ਸਤੋ ਗੁਣ ਲਿਆਉਣ ਵਾਸਤੇ ਸਾਨੂੰ ਥੋੜੇ ਅਭਿਆਸ ਦੀ ਲੋੜ ਹੈ ਮੈਂ ਇਸ ਆਤਮਾ ਇਸ ਸਰੀਰ ਦੀ ਮਾਲਕ ਹਾਂ ਤੇ ਇਸ ਸਰੀਰ ਨੂੰ ਚਲਾਉਣ ਵਾਲੀ ਹਾਂ ਤੇ ਜੇ ਇਹ ਅਗਰ ਮੈਂ ਇਸ ਕੌਂਸ਼ੀਅਸਨੈਸ ਦੇ ਵਿੱਚ ਰਵਾਂਗਾ ਮੈਂ ਆਤਮਾ ਹਾਂ ਬਾਕੀ ਸਭ ਆਤਮਾ ਨੇ ਮੇਰੇ ਭੈਣ ਭਰਾ ਨੇ ਇਸ ਕਰਕੇ ਮੇਰਾ ਕਿਸੇ ਨਾਲ ਕੋਈ ਦੁਸ਼ ਹੋ ਨਹੀਂ ਸਕਦਾ ਅਗਰ ਮੈਂ ਇਸ ਦਾ ਅਭਿਆਸ ਕਰਾਂਗਾ ਤੇ ਮੇਰੇ ਅੰਦਰ ਸਤੋ ਗੁਣੇ ਵਰਜ ਹੋ ਕੇ ਮੈਂ ਸਦਾ ਖੁਸ਼ੀ ਤੇ ਸੁਖੀ ਰਹਿ ਸਕਦਾ ਬਿਲਕੁਲ ਮਤਲਬ ਜੋ ਪ੍ਰੈਕਟੀਕਲ ਲਾਈਫ 'ਚ ਥੋੜ੍ਹਾ ਜਿਹਾ ਡੇਲੀ ਰੂਟੀਨ ਬਣਾ ਕੇ ਔਰ ਇਸ ਚੀਜ਼ ਨੂੰ ਅਗਰ ਆਪਣੇ ਪ੍ਰੈਕਟਿਸ 'ਚ ਲੈ ਕੇ ਆਈਏ ਔਰ ਅਭਿਆਸ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਜੋ ਗੁਣ ਨੇ ਉਹ ਆਪਣੇ ਆਪ ਆਤਮਾ 'ਚ ਇਮਰਜ ਹੋ ਜਾਣਗੇ ਅੱਜ ਦੀ ਪੂਰੀ ਜਿੰਨੀ ਵੀ ਗੱਲਬਾਤ ਹੋਈ ਅਗਨਿਹੋਤਰੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ ਓਮ ਸ਼ਾਂਤੀ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਅੱਜ ਆਤਮਾ ਦੀ ਸਭ ਕੁਛ ਅੰਦਰ ਹੀ ਹੈ ਔਰ ਭਾਈ ਸਾਹਿਬ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਸਾਡੇ ਜੋ ਆਤਮਾ ਦੇ ਗੁਣ ਨੇ ਉਹ ਇੱਕ ਇੱਕ ਕਰਕੇ ਕਿੱਦਾਂ ਸਾਨੂੰ ਸ਼ਕਤੀਸ਼ਾਲੀ ਔਰ ਪਾਵਰਫੁੱਲ ਬਣਾ ਦਿੰਦੇ ਨੇ ਸਿਰਫ਼ ਲੋੜ ਹੈ ਆਪਣੇ ਆਪ ਨੂੰ ਜਾਗਰੂਕ ਕਰਨ ਦੀ ਔਰ ਅਵੇਅਰਨੈਸ ਫੈਲਾਉਣ ਦੀ ਔਰ ਇੱਕ ਅਲਰਟਨੈਸ ਰੱਖਣ ਦੀ ਕਿ ਮੈਨੂੰ ਇਹ ਗੁਣਾਂ ਨੂੰ ਕਿੱਦਾਂ ਇਮਰਜ ਕਰਨਾ ਹੈ ਜੇ ਇਹ ਸਭ ਚੀਜ਼ਾਂ ਸਾਡੀ ਜ਼ਿੰਦਗੀ 'ਚ ਅਸੀਂ ਅਲਰਟਨੈਸ ਨਾਲ ਔਰ ਜਾਗਰੂਕਤਾ ਨਾਲ ਲੈ ਕੇ ਆ ਜਾਈਏ ਤਾਂ ਆਪਣੇ ਆਪ ਆਤਮਾ ਜੋ ਹੈ ਉਹ ਸਤੋਗੁਣੀ ਬਣ ਜਾਏਗੀ ਫਿਰ ਮਿਲਾਂਗੇ ਅਗਲੇ ਐਪੀਸੋਡ ਤਦ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ
अपने सुझाव देने ते वधेरे जानकारी ली तुसी संपर्क कर सकते हो गॉल्डीवुड स्टूडियो शांतिवन मोबाइल नंबर 8094947487 ईमेल punjabi.gws@gmail.com। सच्चे दिल ते साहेब राजी हुंदे ने।